ਤੁਸੀਂ ਪੀਵੀਸੀ ਪਾਈਪ ਅਤੇ ਇੱਕ ਕਾਗਜ਼ ਦੀ ਬਣੀ ਕੋਨ ਦੇ ਨਾਲ ਰਾਕੇਟ ਪ੍ਰੋਜੈਕਟਾਈਲ ਬਣਾ ਸਕਦੇ ਹੋ। ਤੁਸੀਂ A4 ਸਾਈਜ਼ ਦਾ 1/4 ਕਾਗਜ਼ ਲੈ ਕੇ ਉਸ ਨੂੰ ਕੋਨ ਦੀ ਸ਼ਕਲ ਵਿੱਚ ਮੋੜਦੇ ਰਹੋ। ਉਸ ਦੀ ਟਿਪ ਕੋਨ ਟਿਪ ਬਣ ਜਾਵੇਗੀ। ਕਾਗਜ਼ ਦਾ ਅੰਤਲਾ ਹਿੱਸਾ ਟੇਪ ਦੇ ਨਾਲ ਜੋੜ ਦਿਓ। ਕੋਨ ਦੀ ਟਿਪ 'ਤੇ ਵੀ ਟੇਪ ਲਗਾ ਦਿਓ। ਇਹ ਇਸ ਨੂੰ ਮਜ਼ਬੂਤ ਬਣਾਵੇਗਾ। ਇੱਕ 30 ਸੈਂਟੀਮੀਟਰ ਲੰਬੀ PVC ਪਾਈਪ ਦੇ ਵਿੱਚ ਇਹ ਕੋਨ ਖੁੱਲ੍ਹਾ ਜਿਹਾ ਰੱਖ ਦਿਓ। ਉਸ ਗੋਲੇ 'ਤੇ ਨਿਸ਼ਾਨ ਲਗਾਓ ਜਿੱਥੇ ਕੋਨ ਪਾਈਪ ਨੂੰ ਮਿਲੇਗੀ। ਇਸ ਗੋਲੇ ਦਾ ਦੇ ਨਾਲ ਨਾਲ ਕੱਟੋ। ਹੁਣ ਪਾਈਪ ਦੇ ਵਿੱਚ ਕੋਨ ਬਣੇ ਵਧੀਆ ਤਰੀਕੇ ਨਾਲ ਆ ਜਾਵੇਗੀ। ਕੋਨ ਹੁਣ ਪਾਈਪ ਦੇ ਲਈ ਖਾਸ ਬਣਾਈ ਗਈ ਹੈ। ਹੁਣ ਕੋਨ ਨੂੰ ਪਾਈਪ ਦੇ ਵਿੱਚ ਪਾ ਦਿਓ ਅਤੇ ਨਿਊਜ਼ਪੇਪਰ 'ਤੇ ਟਾਰਗੇਟ ਕਰਦੇ ਹੋਏ ਤੇਜ਼ ਹਵਾ ਮਾਰੋ। ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਕੋਨ ਨਿਊਜ਼ਪੇਪਰ ਦੇ ਵਿੱਚ ਖੁੱਭ ਜਾਣਗੇ। ਅਜਿਹਾ 3-4 ਵਾਰ ਕਰੋ। ਇਹ ਇਸ ਦਾ ਪਿਛਲਾ ਪਾਸਾ ਹੈ। ਇਸ ਤਰ੍ਹਾਂ ਤੁਸੀਂ ਇਸ ਨੂੰ ਪ੍ਰੋਜੈਕਟਾਈਲ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ, ਪਰ ਕਦੇ ਵੀ ਕਿਸੇ ਇਨਸਾਨ 'ਤੇ ਇਸ ਦਾ ਇਸਤੇਮਾਲ ਨਾ ਕਰੋ।